हेलो जी, हेलो जी, हेलो जी, सत श्री अकाल जी। मेरे आज दे नवे व्लॉग च इत्थे जी आ रही है जी बड़ी जड़ी तेज हनेरी, वो भी रात दे टाइम। हाय हाय, वेखो उपर वेख सकते हो, अगर तुहानू दिखाई नहीं दे रहा तो मैं की कर सा, क्योंकि मैं मोबाइल तो रिकॉर्डिंग कर रहा वा। बड़ी तेज टूटना मतलब टूट रही, मतलब बड़ी तेज ਹਨੇਰੀ ਆ ਰਹੀ ਆ ਅਤੇ ਸਾਰਾ ਕੁਝ ਉੜਨ ਦਿਆ ਵਾ, ਵੇਖ ਸਕਦੇ ਹੋ ਤੁਸੀਂ। ਮੋਬਾਈਲ ਵੀ ਥੋੜ੍ਹਾ ਗੰਦਾ ਹੋ ਗਿਆ ਉਠਾ ਕਰਕੇ, ਕਿਉਂਕਿ ਵੇਖ ਹੀ ਸਕਦੇ ਉੱਪਰ ਕਿਵੇਂ ਦੇ ਬੱਟਲ ਬਣੇ ਹੋਏ ਨੇ, ਬਰਾਬਰ ਬਰਾਬਰ ਜੇ ਹੈ ਬਰਾਬਰ ਬਰਾਬਰ ਜੇ ਬੱਟਲ ਬਣੇ ਹੋਏ ਨੇ, ਅਤੇ ਜਦੋਂ ਮਰਜ਼ੀ ਵੀ ਬਾਹਰ ਸਾਹ ਸਕਦੀ ਆਪਣੇ ਸਰ, ਅਤੇ ਸ਼ੁਕਰ ਕਰ ਜੇ ਬਸ ਬਾਰਿਸ਼ ਆ ਜਾਏ ਅਤੇ ਮਜ਼ੇ ਕਰਦੇ ਆਪਾਂ ਛੱਡ ਰਹੇ। ਮੇਰੇ ਪਾਪਾ ਨੂੰ ਬੋਲਿਆ ਕਿ ਚਲੋ ਜਾਓ ਉੱਪਰ ਉੱਡ, ਅਤੇ ਮੈਂ ਚਲਾ ਗਿਆ ਆ ਗਿਆ, ਅਤੇ ਬੜਾ ਮਜ਼ਾ ਆਇਆ ਮੈਨੂੰ ਇੱਥੇ ਠੰਡੀ ਠੰਡੀ ਹਵਾ ਖਾਣ ਨੂੰ ਮਿਲਿਆ। ਬੜੀ ਤੇਜ਼ ਆਈ, ਅਗਰ ਤੁਹਾਨੂੰ ਹਵਾ ਦੀ ਆਵਾਜ਼ ਆ ਰਹੀ ਹੈ ਨਾ, ਹਵਾ ਦੀ ਆਵਾਜ਼ ਆ ਰਹੀ ਤੁਹਾਨੂੰ ਮੋਬਾਈਲ ਵਿੱਚ, ਤਾਂ ਤੁਹਾਨੂੰ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ। ਇਹ ਨਾ ਹੋਵੇ ਕਿ ਕਮੈਂਟ ਜੀਰੋ ਹੀ ਰਹਿਣ, ਕਮੈਂਟ ਜ਼ਰੂਰ ਕਰਨਾ ਪਲੀਜ਼ ਜੀ, ਮੇਰੀ ਬੇਟੀ ਆ, ਕਮੈਂਟ ਜ਼ਰੂਰ ਕਰਨਾ ਅਤੇ ਲਾਈਕ ਹੋਏ ਸਬਸਕ੍ਰਾਈਬ। ਹੋਏ ਮਜ਼ਾ ਆ ਗਿਆ, ਚੰਗਾ ਯਾਰ ਮੈਂ ਆ ਗਿਆ ਉੱਪਰ, ਬੜਾ ਮਜ਼ਾ ਆ ਗਿਆ ਯਾਰ ਉੱਪਰ, ਦੇਖ ਸਕਦੇ ਹੋ ਸਾਰੀ ਚੀਜ਼ਾਂ ਉੜ ਰਹੀ ਆ ਥੱਲੇ। ਕੈਮਰਾ ਵਾਸ ਤੁਸੀਂ ਵੇਖ ਸਕਦੇ ਹੋ ਜੀ, ਹਨੇਰੀ ਵਾਲਾ ਮੌਸਮ ਹੋਇਆ ਪਿਆ ਉੱਪਰ, ਜਿਹੜਾ ਬਰਾਊਨ ਬਰਾਊਨ ਦਿਖਦਾ ਉਹ ਬੱਦਲ ਹੀ ਰਹੇ, ਉਹ ਇੰਨੇ ਸਾਰੇ ਬੱਦਲ ਹੈਗੇ ਨੇ, ਹੁਣ ਆ ਚੁੱਕੀ ਆਪਣੇ ਸਰ ਵਿੱਚ ਹਨੇਰੀ। ਜਿਵੇਂ ਅੱਗੇ ਤੁਸੀਂ ਮੇਰਾ ਵੇਖਿਆ ਹੋਏਗਾ ਪਿਛਲੀ ਵਾਰੀ, ਸਭ ਤੋਂ ਪਿਛਲੀ ਵਾਲੀ ਵੀਡੀਓ ਜਿਹੜੀ 2 ਮਹੀਨੇ ਪਹਿਲੇ ਦੀ ਵੀਡੀਓ ਹੈਗੀ ਆ, ਜਿਹੜੀ ਸੀਗੀ ਫਨੀ ਮੂਮੈਂਟਸ ਡਾਂਸ ਹਰਮਨ ਸਿੰਘ ਵਲੌਗਰ, ਉਹ ਵਾਲੀ ਜੋ ਅਗਰ ਮੇਰੀ ਡਾਂਸ ਵਾਲੀ ਵੀਡੀਓ ਕਿਸੇ ਨੇ ਵੇਖੀ ਨਹੀਂ ਹੈ, ਉਹ ਹੁਣ ਜਾ ਕੇ ਵੇਖੋ। ਬੜੇ ਫਨੀ ਡਾਂਸ ਕੀਤਾ ਸੀਗਾ, ਸਾਡੇ ਘਰ ਦੇ ਸਾਹਮਣੇ ਫੰਕਸ਼ਨ ਸੀਗਾ, ਤਾਂ ਕਰਕੇ ਉੱਥੇ ਬੜਾ ਤੇਜ਼ ਲਾਊਡ ਮਿਊਜ਼ਿਕ ਚੱਲਦਾ ਹੋਇਆ ਸੀ, ਤਾਂ ਕਰਕੇ ਮੈਂ ਕੀਤਾ ਸੀ ਡਾਂਸ ਉਹ ਵੀ ਛੱਤ 'ਤੇ ਆ ਕੇ, ਅਤੇ ਅੱਜ ਮੈਂ ਦੁਬਾਰਾ ਫਿਰ ਛੱਟ 'ਤੇ ਵੀਡੀਓ ਬਣਾ ਦਿਆ, ਉਹਦੇ ਛੱਟ 'ਤੇ ਤੁਸੀਂ ਵੇਖ ਹੀ ਸਕਦੇ ਹੋ ਕੀ ਹਾਲ ਹੈਗਾ, ਪੂਰਾ ਸਾਰਾ ਹਨੇਰੀ ਹਨੇਰੀ ਆ ਰਹੀ ਸਾਰੀ, ਵੇਖ ਹੀ ਸਕਦੇ ਹੋ ਸਾਰਾ ਕੁਝ ਉੜਨ ਦੇ ਤੁਹਾਨੂੰ ਦਿਖਾ ਦਿੰਦਾ ਇੱਕ ਮਿੰਟ। ਇਹਨੂੰ ਸਾਰਾ ਕੁਝ ਉੜਨ ਦਿਆ, ਹੈਲੋ ਉਹ ਤੁਹਾਨੂੰ ਸਾਫ ਸਾਫ ਦਿਖਾਈ ਦੇਗਾ। ਹੁਣ ਮੈਂ ਟੌਰਚ ਵੀ ਚਲਾ ਦਿੱਤੀ ਹੁਣ ਤਾਂ ਕਰਕੇ ਹੁਣ ਸਾਰਾ ਕੁਝ ਸਾਫ ਸਾਫ ਦਿਖਾਈ ਦੇਗਾ, ਠੀਕ ਹੈ, ਅਤੇ ਹੁਣ ਮੇਰੀ ਫੋਟੋ ਵੀ ਸਾਫ ਸਾਫ ਦਿਖਾਈ ਦੇਗੀ ਤੁਹਾਨੂੰ। ਬੜਾ ਜ਼ਿਆਦਾ ਹਾਏ ਠੰਡ ਲੱਗਦੀ ਪਈ, ਮੇਰੀ ਤਾਂ ਬੜੀ ਪਟਲੀ ਵਾਲੀ ਹੈਗੀ ਟੀ ਸ਼ਰਟ ਜਿਹੜੀ ਮੈਂ ਪਾਈ ਹੋਈ ਹੈ, ਅਤੇ ਆਹ ਡੋਰਾਂ ਤੋਂ ਆ ਵਾਲੀ ਰੁਕੋ, ਆਹ ਵਾਲੀ ਜਿਹੜੀ ਡੋਰਾ ਹੈ ਨਾ, ਆਹ ਵਾਲੀ ਜਿਹੜੀ ਤੁਹਾਨੂੰ ਸਕਰੀਨ 'ਤੇ ਦਿਖ ਰਹੀ, ਆਡੇ ਨਾਲੋਂ ਪਲੀਜ਼ ਬੱਚੋ ਜੀ, ਇਹ ਹੈਗੀ ਜੀ ਚਾਈਨੀ ਡੋਰਾ, ਇਹ ਵਾਲੀ ਬੜੀ ਜ਼ਿਆਦਾ ਚੱਲਦੀ ਆ ਅੱਜ ਕੱਲ੍ਹ, ਅਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾ ਜੋ ਵੀ ਇਹ ਵਾਲੀ ਇਹਦੇ ਨਾਲ ਹੀ ਪਤੰਗ ਉਡਾਉਂਦੇ ਨੇ, ਗੁੱਡੀ ਉਡਾਉਂਦੇ ਨੇ ਮਤਲਬ, ਜੋ ਵੀ ਇਹਦੇ ਨਾਲ ਹੀ ਗੁੱਡੀ ਉਡਾਉਂਦੇ ਨੇ, ਅਤੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਪਲੀਜ਼ ਸਾਵਧਾਨ ਰਹੋ ਇਹਦੇ ਨਾਲ, ਕਿਉਂਕਿ ਬੜਾ ਜ਼ਿਆਦਾ ਖਤਰਨਾਕ ਰਹੇਗੀ ਤੁਹਾਡੇ ਵਾਸਤੇ।
लगी हुई है, पूरा हफ्ता हो चुका है पर खंग कदे में नहीं गई, जा ही नहीं रही खंग मेरी। आई जाती 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 आई जाती। चलो हूँ आई जाती बंद करो, सीधा बढ़ते हैं ब्लॉग में। या वैसे बेटा ब्लॉग में ही आ 5 मिनट की वीडियो हो चुकी है, तो जिन्हें सब्सक्राइब नहीं किया उन्हें जाके सब्सक्राइब कर दो। तुहानू पता ही आज मैं लाइव आया सी, जिन्हें नहीं पता उन्हें जाके वेख लो ओला लाइफ टाग करके मैं किया सीगा, क्योंकि तुहानू भी तो बुलाना चाहिए टाग करके मैं लाइव किया सीगा ओला, और ये जो मैं तुहानू सारा कुछ दिखाया सीगा कि तबला दी रूपक ताल ते ताल आल के भी बजा रही है, और सारा तबले ते सिखा दिया सीगा तुहानू। अगर तुसी ओह वाली वीडियो नहीं वेखी तो उन्हें जाके वो वेख लो। हाय 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 लगता बी आ जाएगा, मनू तो ऐ लग रहा वा, मनू तो ऐ लग रहा बी आ जाएगा क्योंकि बड़ी ज्यादा तेज हवा चल रही पई आ। बाबा जी बारिश कर दा, मेरे हूँ फाइनल पेपर जो खत्म हो चुके ने, तो मैं हूँ आ चुका हूँ 4th क्लास से, ठीक है। तो मैं हूँ पहले मैं 3rd सीट सी, तो हूँ मैं 4th क्लास से आ गया वहाँ। ता करके तुसी सारे अरदास करो कि मेरा ठीक ही गया हो पेपर सारा, बढ़िया मार्क्स आन, ता करके अरदास करो सारे। वैसे पहले सब तो पहले मैं बाबा जी की अरदास कर दी कि बारिश कर दो जी, क्योंकि बड़े ही बढ़िया बढ़िया होन दिया ना। अखा वेख तो नज़ारा बड़ा बढ़िया, वैसे कैमरे में की दिखाई दे रहा है तो तुम खुद वेखो, तुम कैमरे में कुछ खास दिखाई दे रहा है, बोलो जी कमेंट में जो भी उड़े हुए अगले ने आ वाला ब्लॉग बोलो जी मनु कि तुम कुछ कैमरे चो खास दिखाई दे रहा है, नहीं दिखाई दे रहा ना सू अखा बड़ा ज्यादा दिखाई देता है। आप एक्सपीरियंस रखते पे हाँ उन्हें ठीक है, तो दिखाते गुरुद्वारा रामसर साहब, और जरा तू बट्टी नहीं दिखती भी वही गुरुद्वारा रामसर साहब है, और मैं जूम नहीं कर सकता एना ज्यादा कुछ जूम नहीं है इस मोबाइल से, सिर्फ 2% का ही जूम है ना करके की करते फिर थले चले आ पिछे जरा बैक साइड तो अभी वेख सकते हो ना, आ पिछे दरवाजे के नाल पिछे जरा बैक साइड है उठे दरबार साहब है, श्री हरिमंदर साहब है, ये ना सारा घर एकदम सामने सामने है, करके ना जिन्होंने भी मेरे घर से आना ना बड़ा सामने है दरबार साहब के, दरबार साहब अगर कोई भी बैठा रहा कल ही आएगा तो मेरे घर से आ जाना, क्योंकि बड़ा मेरा घर बड़ा नेड़े आ, इन्ना भी ज्यादा दूर नहीं आ, ठीक है जी मिलते हाँ अगले व्लॉग भी जी हूने वेखो बड़े बढ़िया यार। हाँ 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 भाई एठो मजा लड़ना ही मजा ही कुछ हो रहा की आ की हो रहा है, तुम वे सोच रहे हो बदल जड़े बट पहले पूरे जाने भरे हुए सर, एठे पूरे जाने भरे हुए सर, ओले थोड़े कट होते ने पर हवा बड़ी तेज चल रही है, वाहेगुरु जी का खालसा वाहेगुरु जी की फतेह। मिलते हैं अगले व्लॉग में, तद लई गुड बाय।